ਜਿਨ੍ਹਾਂ ਨੇ ਆਪਣੇ ਮਾਪਿਓ ਯੂਐਸਏ ਬੁਲਾਉਣੇ ਹੁੰਦੇ ਆ ਟੂਰਿਸਟ ਵੀਜ਼ੇ ਤੇ ਉਹ ਵੀ ਬੜੇ ਕਾਲੀ ਸੀ ਵੀ ਟਾਈਮ ਸਾਨੂੰ ਬਹੁਤ ਲੰਮਾ ਮਿਲ ਰਿਹਾ 2025 ਦੀਆਂ ਡੇਟਾ ਮਿਲ ਰਹੀਆਂ ਜਾਂ ਕੋਈ ਜਿਹੜੇ ਕੋਈ ਸਟੱਡੀ ਕਰਨ ਵਾਸਤੇ ਚਾਹੁੰਦੇ ਉਹਨਾਂ ਵਾਸਤੇ ਵੀ ਬਹੁਤ ਡੇਟਾ ਲੰਮੀਆਂ ਸੀਗੇ ਤੇ ਹੁਣ ਨਵੀਂ ਖੁਸ਼ਖਬਰੀ ਆਈ ਹੈ ਕਿ ਇਹਦੇ 2.5 ਲੱਖ स्लॉट ਖੋਲਤੇ ਵੀ ਭਈ ਆਜੋ ਜਿਨ੍ਹਾਂ ਨੇ ਇੰਟਰਵਿਊ ਦੇਣੀ ਹੈਗੀ ਇਹ ਤਾਂ ਕੀ ਲੱਗਦਾ ਹੁਣ ਇੰਟਰਵਿਊ 10-10 ਦਿਨਾਂ ਬਾਅਦ ਹੀ ਹੋਣ ਲੱਗ ਜੂ ਸਾਲਾਂ ਦਾ ਗੈਪ ਘਟ ਜੂਗਾ ਬਿਲਕੁਲ ਵਟਸਐਪ ਜਿਸ ਤਰੀਕੇ ਦੀ ਨਿਊਜ਼ ਦਿੱਤੀ ਗਈ ਹੈ ਅਮਰੀਕਨ ਐਂਬੇਸੀ ਦੇ ਵੱਲੋਂ ਇੰਡੀਆ ਦੇ ਵਿੱਚ ਉਸ ਦੇ ਮੁਤਾਬਕ ਤਾਂ ਇਦਾਂ ਹੀ ਲੱਗਦਾ ਯੂ ਐਸ ਏ ਨੇ ਇੰਡੀਅਨ ਵਿਜ਼ਟਰਸ ਦੇ ਲਈ ਸਕਿਲਡ ਵਰਕਰਸ ਦੇ ਲਈ ਤੇ ਸਟੂਡੈਂਟਸ ਦੇ ਲਈ 250000 ਤੋਂ ਵੱਧ ਜਿਹੜੇ ਵੀਜ਼ਾ ਸਲਾਟ ਆ ਉਹ ਖੋਲ ਦਿੱਤੇ ਆ ਮਤਲਬ ਕਿ ਜਿਹੜੀਆਂ ਐਪਲੀਕੇਸ਼ਨਸ ਲੈਣ ਦੀ ਪ੍ਰਕਿਰਿਆ ਹੈਗੀ ਆ process ਹੈਗੀ ਆ ਉਹ ਸ਼ੁਰੂ ਕਰ ਦਿੱਤੇ ਆ ਅਮਰੀਕਨ ਐਂਬੇਸੀ ਨੇ ਕਿਹਾ ਕਿ ਨਵੇਂ ਸਲਾਟ ਦੇ ਨਾਲ ਇੰਡੀਅਨ ਐਪਲੀਕੇਂਟਸ ਨੂੰ ਸਮੇਂ ਸਿਰ ਇੰਟਰਵਿਊ ਦੇਣ ਤੇ ਇਹਦੇ ਨਾਲ ਜਿਹੜਾ ਉਹਨਾਂ ਦਾ ਡ੍ਰੀਮ ਹੈਗਾ ਯੂਐਸ ਵਿਜ਼ਿਟ ਕਰਨ ਦਾ ਉਹਦੀ ਫੈਸਿਲਿਟੀ ਪ੍ਰੋਵਾਈਡ ਕਰਨਗੇ ਇੱਥੇ ਆਪਾਂ ਦੱਸ ਦਈਏ ਕਿ ਫਿਲਹਾਲ ਦੇ ਲਈ ਜਿਵੇਂ ਤੁਸੀਂ ਆਲਰੇਡੀ ਦੱਸ ਦਿੱਤਾ ਕਿ ਕੁਝ ਲੋਕਾਂ ਨੂੰ ਕਈ-ਕਈ ਮਹੀਨੇ ਤੇ ਕਈਆਂ ਨੂੰ ਤਾਂ 1 ਸਾਲ ਤੇ ਕਈ ਮਹੀਨੇ ਕਈਆਂ ਨੂੰ ਕਈ-ਕਈ ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈਗਾ ਇੰਟਰਵਿਊ ਦੇ ਇੰਟਰਵਿਊ ਦੇਣ ਲਈ ਤੇ ਉਸ ਇੰਟਰਵਿਊ ਤੋਂ ਬਾਅਦ ਫੈਸਲਾ ਹੋਣਾ ਹੁੰਦਾ ਕਿ ਉਹਨਾਂ ਨੇ ਯੂਐਸ ਜਾਣਾ ਜਾਂ ਨਹੀਂ ਜਾਣਾ ਯੂਐਸ ਜਾਣਾ ਜਾਂ ਨਾ ਜਾਣਾ ਬਾਅਦ ਦੀ ਗੱਲ ਇੰਟਰਵਿਊ ਦੇ ਉੱਤੇ ਬਹੁਤ ਲੰਮਾ ਸਮਾਂ ਲੱਗ ਰਿਹਾ ਹੈ ਪਰ ਯੂਐਸ ਨੇ ਇਹ ਐਮਬੈਸੀ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸ ਸਟੈਪ ਦੇ ਨਾਲ ਲੱਖਾਂ ਇੰਡੀਅਨਸ ਨੂੰ ਬੈਨੀਫਿਟ ਹੋਊਗਾ ਤੇ ਜੇ ਆਪਾਂ ਗੱਲ ਕਰੀਏ ਬ੍ਰਾਟਸਬ ਐਮਬੈਸੀ ਦੇ ਰਿਕਾਰਡ ਦੀ ਤਾਂ 2023 ਦੇ ਵਿੱਚ 12 ਲੱਖ ਤੋਂ ਵੱਧ ਇੰਡੀਅਨਸ ਨੇ ਯੂਐਸ ਵਿਜ਼ਿਟ ਕੀਤਾ ਜੋ ਕਿ ਉਦੋਂ ਪਿਛਲੇ ਸਾਲ ਦੇ ਮੁਕਾਬਲੇ 30 ਤੋਂ 35% ਇਹ ਗਿਣਤੀ ਵੱਧ ਸੀਗੀ ਅ ਵੈਸੇ ਜੇ ਆਪਾਂ ਇਹ ਗੱਲ ਕਰੀਏ ਕਿ ਓਵਰਆਲ ਕਿੰਨੇ ਕੁ ਲੋਕਾਂ ਦੇ ਕੋਲੇ ਅਮਰੀਕਾ ਜਾਣ ਦਾ ਵੀਜ਼ਾ ਹੈਗਾ ਤਾਂ 60 ਲੱਖ ਪਲੱਸ ਇੰਡੀਅਨਸ ਹੈਗੇ ਨੇ ਜਿਹੜੇ ਯੂ ਐਸ ਜਾ ਸਕਦੇ ਨੇ ਜਿਨ੍ਹਾਂ ਕੋਲੇ ਵੈਲਿਡ ਵੀਜ਼ਾ ਹੈਗਾ ਜੀ ਬਿਲਕੁਲ ਜੀ ਕਈ ਚਾਹਵਾਨ ਵੀ ਹੁੰਦੇ ਆ ਆਉਣ ਦੇ ਪਰ ਬਹੁਤੀਆਂ ਜਿਹੜੀਆਂ ਕੇਸਸ ਹੁੰਦਾ ਰਿਜੈਕਟ ਹੋ ਜਾਂਦਾ ਵੈਸੇ ਵੀਜ਼ਾ ਬਹੁਤੇ ਫਰਾਡ ਫਰੂਡ ਜੇ ਲਾ ਲੈਂਦੇ ਆ ਤੇ ਆਪਾਂ ਪਹਿਲਾਂ ਵੀ ਖਬਰਾਂ ਕੀਤੀਆਂ ਵੀ ਬੰਦੇ ਕੋਲੇ ਉੰਨੀ ਤਾਂ ਕਿਤੇ ਉਹਨਾਂ ਖਾਤੇ 'ਚ ਰੱਖੇ ਨਹੀਂ ਹੁੰਦੇਗੇ ਜਿੰਨੇ ਇੱਕੋ ਵਾਰੀ 'ਚ ਹੀ ਬਣਾ ਦਿੰਦੇ ਏਜੰਟ ਭਈ ਇਹ ਜਿਹੜੀ ਜਾਂਚ ਪੜਤਾਲ ਹੈਗੀ ਆ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਵੱਡਾ ਫਿਲਟਰ ਲੱਗਦਾ ਕਈ ਵਾਰੀ ਸਹੀ ਬੰਦੇ ਵੀ ਇੰਟਰਵਿਊਆਂ ਦੇ ਵਿੱਚੋਂ ਬਾਹਰ ਹੋ ਜਾਂਦੇ ਆ ਜਿਹੜੇ ਵਾਕੇ ਹੀ ਮੋੜਨ ਵਾਲੇ ਹੁੰਦੇ ਤੇ ਕਈ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਤੁੱਕਾ ਲੱਗ ਜਾਂਦਾ ਬਿਲਕੁਲ ਵਟਸਐਪ ਇੱਕ ਨਾ ਇਹ ਚੀਜ਼ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਹੀ ਗਈ ਹੈ ਇਹਦੇ ਬਾਰੇ ਵੈਸੇ ਆਪਾਂ ਚਾਹਾਂਗੇ ਕਿ ਕਿਸੇ ਦਿਨ ਆਪਾਂ ਇੰਡਸਟਰੀ ਦਾ ਕੋਈ ਐਕਸਪਰਟ ਉਹਦੇ ਨਾਲ ਗੱਲਬਾਤ ਕਰੀਏ ਪਰ ਇਹ ਚੀਜ਼ ਸੱਚੀ ਹੈ ਕਿ ਜਿਨ੍ਹਾਂ ਦੇ ਕੇਸ ਬਿਲਕੁਲ ਸਹੀ ਹੁੰਦੇ ਆ ਜਿਨ੍ਹਾਂ ਦੇ ਪ੍ਰੋਫਾਈਲ ਬੜੇ ਸਟਰੋਂਗ ਹੁੰਦੇ ਆ ਕਈ ਵਾਰੀ ਉਹਨਾਂ ਦੇ ਜਿਹੜੇ ਹੈਗੇ ਆ ਰਿਜੈਕਟ ਹੋ ਜਾਂਦੇ ਵੀਜ਼ਾਸ ਤੇ ਕਈਆਂ ਦਾ ਤੁੱਕਾ ਲੱਗ ਜਾਂਦਾ ਸੋ ਇਹਦੇ ਲਈ ਆਪਾਂ ਇੱਕ ਵਰਡ ਯੂਜ਼ ਕਰ ਸਕਦੇ ਆ ਲੱਕ ਬਾਇ ਲੱਕ ਕਈ ਵਿਚਾਰੇ ਨਿਰਾਸ਼ ਹੋ ਜਾਂਦੇ ਨੇ ਤੇ ਕਈਆਂ ਨੂੰ ਖੁਸ਼ੀ ਦਾ ਮੌਕਾ ਵੀ ਮਿਲਦਾ ਇੱਕ ਚੀਜ਼ ਹੋ ਰਿਹਾ ਕਈ ਵਾਰੀ ਕੀ ਹੁੰਦਾ ਵੈਸੇ ਤਾਂ ਜਿਨ੍ਹਾਂ ਦੇ ਪਰਿਵਾਰ ਯੂਐਸ ਦੇ ਵਿੱਚ ਬੈਠੇ ਹੋਏ ਨੇ ਉਹ ਵਧੀਆ ਗਾਈਡ ਕਰ ਦਿੰਦੇ ਨੇ ਪਰ ਜਿਨ੍ਹਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਉਹ ਕਿਸੇ ਏਜੰਟ ਦੇ ਧੱਕੇ ਵੀ ਚੜ ਜਾਂਦੇ ਨੇ ਖਾਸ ਤੌਰ ਤੇ ਉਹ ਏਜੰਟ ਆਪਾਂ ਜਿਹਨਾਂ ਦੀ ਗੱਲ ਕਰਦੇ ਹੋ ਹੁਣੇ ਠੱਗਾਂ ਦੀ ਤੇ ਉਹ ਬਹੁਤ ਵੱਡੇ ਲੈਵਲ ਤੇ ਠੱਗੀਆਂ ਵੀ ਮਾਰ ਲੈਂਦੇ ਨੇ